ਅੱਜ ਜੋ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਸੁਣਾਈ ਹੈ, ਜੋ ਕਿ ਉਹਨਾਂ ਦੀ ਅੱਖੀ ਡਿੱਠੀ ਇਹ ਘਟਨਾ ਹੈ। ਉਹ ਦੱਸਦੇ ਹਨ ਕਿ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਕਾਫ਼ੀ ਸਮਾਂ ਤਖ਼ਤ ਸਾਹਿਬ ਦੀ ਸੇਵਾ ਨਿਭਾਈ ਹੈ ਅਤੇ ਕਾਰ ਸੇਵਾ ਲਈ ਉਹ ਅਗਰਾਈ ਕਰਨ ਵਾਸਤੇ ਵੱਖ ਵੱਖ ਪਿੰਡਾਂ ਦੇ ਵਿੱਚ ਰੋਜ਼ਾਨਾ ਖੁਦ ਜਾਇਆ ਕਰਦੇ ਸੀ। ਪਰ ਇੱਕ ਪਿੰਡ ਵਿੱਚ ਜਿੱਥੇ ਉਹ ਸਾਰੀ ਉਮਰ ਜਾਂਦੇ ਰਹੇ, ਉਸ ਪਿੰਡ 'ਚੋਂ ਰੋਜ਼ਾਨਾ ਉਹਨਾਂ ਉਗਰਾਈ ਕਰਨੀ, ਗੱਡੀ ਦੇ ਵਿੱਚ ਸਿੰਘਾਂ ਦੇ ਨਾਲ ਜਾਣਾ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਜਾ ਕੇ ਇਹ ਬੇਨਤੀ ਕਰਨੀ ਕਿ ਪਿੰਡ ਦੇ ਵਿੱਚ ਅਨਾਊਂਸਮੈਂਟ ਕਰ ਦਿਓ ਕਿ ਕਾਰ ਸੇਵਾ ਵਾਲੀ ਗੱਡੀ ਪਿੰਡ ਦੇ ਵਿੱਚ ਆ ਚੁੱਕੀ ਹੈ ਅਤੇ ਸੇਵਾ ਤਿਆਰ ਕਰ ਲੈਣ। ਅਤੇ ਆਪ ਸਭ ਤੋਂ ਪਹਿਲਾਂ ਪਿੰਡ ਦੇ ਵਸਨੀਕ ਭਾਈ ਗੁਰਮੁਖ ਸਿੰਘ ਮਾਤਾ ਕਰਮ ਕੌਰ ਦੇ ਘਰ ਪ੍ਰਸ਼ਾਦਾ ਛਕਣ ਵਾਸਤੇ ਜਾਂਦੇ ਸੀ। ਸਭ ਤੋਂ ਪਹਿਲਾਂ ਉਸੀ ਗੁਰਮੁਖ ਸਿੰਘ ਅਤੇ ਮਾਤਾ ਕਰਮ ਕੌਰ ਦੇ ਘਰ ਪ੍ਰਸ਼ਾਦਾ ਛਕਦੇ ਅਤੇ ਫਿਰ ਗੁਰਮੁਖ ਸਿੰਘ ਨੂੰ ਨਾਲ ਲੈ ਕੇ ਪਿੰਡ ਦੇ ਵਿੱਚ ਉਗਰਾਈ ਕਰਦੇ ਸੀ। ਲੱਸੀ ਦੇ ਨਾਲ ਪ੍ਰਸ਼ਾਦੇ ਛਕ ਕੇ ਉਹਨਾਂ ਕਹਿਣਾ ਕਿ ਉੱਠ ਗੁਰਮੁਖ ਸਿੰਘ ਸੇਵਾ ਕਰੀਏ। ਗੁਰਮੁਖ ਸਿੰਘ ਨੇ ਆਪਣੇ ਪਿੰਡ 3-4 ਹੋਰਨਾਂ ਪਿੰਡਾਂ ਦੇ ਵਿੱਚ ਉਗਰਾਈ ਕਰਵਾਉਣੀ। ਇਹ ਸੇਵਾ ਗੁਰਮੁਖ ਸਿੰਘ ਪਿਛਲੇ 16 ਸਾਲਾਂ ਤੋਂ ਇੰਜ ਹੀ ਬਾਬਾ ਸੇਵਾ ਸਿੰਘ ਦੇ ਨਾਲ ਕਰਵਾਉਂਦਾ ਆ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਗੁਰਮੁਖ ਸਿੰਘ ਦੇ ਘਰ 6 ਲੜਕੀਆਂ ਸਨ ਪਰ ਲੜਕਾ ਕੋਈ ਵੀ ਨਹੀਂ ਸੀ। 16 ਸਾਲਾਂ ਤੋਂ ਬਾਬਾ ਜੀ ਨਿੱਤ ਪ੍ਰਸ਼ਾਦਾ ਛਕਦੇ ਸੀ। ਨਾ ਤਾਂ ਕਦੀ ਪਰਿਵਾਰ ਨੇ ਇਹ ਕਿਹਾ ਸਾਡੇ ਘਰ ਪੁੱਤਰ ਦੀ ਦਾਤ ਲਈ ਅਰਦਾਸ ਕਰ ਦਿਓ ਅਤੇ ਨਾ ਹੀ ਬਾਬਾ ਜੀ ਨੇ ਕਦੀ ਇਹ ਅਰਦਾਸ ਕੀਤੀ। ਪ੍ਰਸ਼ਾਦੇ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਉਹ ਉੱਠ ਜਾਂਦੇ ਅਤੇ ਉਗਰਾਈ ਕਰਨ ਵਾਸਤੇ ਨਿਕਲ ਜਾਂਦੇ। 16 ਸਾਲਾਂ ਵਿੱਚ ਕਰਮ ਕੌਰ ਨੇ ਇੱਕ ਵਾਰ ਵੀ ਪੁੱਤਰ ਦੀ ਦਾਤ ਨਹੀਂ ਮੰਗੀ ਅਤੇ ਨਾ ਹੀ ਅਰਦਾਸ ਕਰਵਾਈ। ਸੋ ਸਮਾਂ ਲੰਘਿਆ ਤਾਂ 6 ਧੀਆਂ ਦੇ ਵਿੱਚੋਂ 2 ਧੀਆਂ ਜਵਾਨ ਹੋ ਗਈਆਂ। ਗੁਰਮੁਖ ਸਿੰਘ ਨੇ ਸੋਚਿਆ ਕਿ 6 ਧੀਆਂ ਹਨ, 2-2 ਕਰਕੇ ਵਿਆਹਾਂਗਾ ਤਾਂ ਹੀ ਸਿਰ ਤੋਂ ਭਾਰ ਉਤਰੇਗਾ, ਨਹੀਂ ਤਾਂ 6 ਧੀਆਂ ਵਿਆਹਣੀਆਂ ਔਖੀਆਂ ਹਨ, ਆਪਾਂ ਸਭ ਨੂੰ ਪਤਾ ਹੈ। ਸੋ ਇਹ ਸੋਚ ਕੇ ਉਸਨੇ ਆਪਣੀ ਧੀਆਂ 'ਚੋਂ ਦੋ ਧੀਆਂ ਜੋ ਜਵਾਨ ਹੋ ਚੁੱਕੀਆਂ ਸੀ ਉਹਨਾਂ ਲਈ ਯੋਗ ਵਾਰ ਲੱਭ ਕੇ ਉਹਨਾਂ ਦਾ ਆਨੰਦ ਕਾਰਜ ਕਰ ਦਿੱਤਾ। ਘਰ ਵਧੀਆ ਮਿਲ ਗਏ ਅਤੇ ਧੀਆਂ ਵੀ ਖੁਸ਼ ਸਨ। ਅਤੇ ਫਿਰ 2 ਧੀਆਂ ਹੋਰ ਜਵਾਨ ਹੋਣ ਵਾਲੀਆਂ ਸੀ ਅਤੇ ਉਹਨਾਂ ਦਾ ਵੀ ਕਾਰਜ ਕਰਨ ਵਾਸਤੇ ਗੁਰਮੁਖ ਸਿੰਘ ਹਾਲੇ ਸੋਚ ਹੀ ਰਿਹਾ ਸੀ। ਉਸ ਸਮੇਂ ਕਰਮ ਕੌਰ ਦੀ ਉਮਰ 54 ਸਾਲਾਂ ਦੀ ਰਹੀ ਹੋਵੇਗੀ। ਇੱਕ ਦਿਨ ਬਾਬਾ ਸੇਵਾ ਸਿੰਘ ਜੀ ਉਹਨਾਂ ਦੇ ਪਿੰਡ ਗਏ, ਗੱਡੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਰੋਕੀ ਅਤੇ ਗ੍ਰੰਥੀ ਸਿੰਘ ਨੂੰ ਕਿਹਾ ਕਿ ਤੁਸੀਂ ਪਿੰਡ ਵਿੱਚ ਅਨਾਊਂਸਮੈਂਟ ਕਰ ਦਿਓ ਕਿ ਸੇਵਾ ਤਿਆਰ ਰੱਖਣ, ਆਪਾਂ ਗੁਰਮੁਖ ਸਿੰਘ ਦੇ ਘਰ ਪ੍ਰਸ਼ਾਦਾ ਛੱਕ ਕੇ ਆਵਾਂਗੇ। ਗ੍ਰੰਥੀ ਸਿੰਘ ਕਹਿਣ ਲੱਗੇ ਕਿ ਬਾਬਾ ਜੀ ਕਾਰ ਸੇਵਾ ਦੀ ਅਨਾਊਂਸਮੈਂਟ ਤਾਂ ਮੈਂ ਕਰ ਦਿੰਦਾ ਹਾਂ ਪਰ ਜਿਹੜੇ ਘਰ ਤੁਸੀਂ ਅੱਜ ਪ੍ਰਸ਼ਾਦਾ ਛਕਣ ਜਾ ਰਹੇ ਹੋ ਉਸ ਘਰ 'ਚੋਂ ਤੁਹਾਨੂੰ ਅੱਜ ਪ੍ਰਸ਼ਾਦਾ ਨਹੀਂ ਮਿਲਣਾ। ਬਾਬਾ ਜੀ ਬੜੇ ਹੈਰਾਨ ਹੋਏ ਅਤੇ ਪੁੱਛਣ ਲੱਗੇ ਕਿ ਤੁਸੀਂ ਇੰਜ ਕਿਉਂ ਕਹਿ ਰਹੇ ਹੋ? ਤਾਂ ਗ੍ਰੰਥੀ ਸਿੰਘ ਨੇ ਕਿਹਾ ਕਿ ਗੁਰਮੁਖ ਸਿੰਘ ਜਿਸ ਦੇ ਘਰ ਤੁਸੀਂ ਪ੍ਰਸ਼ਾਦਾ ਛਕਣ ਜਾ ਰਹੇ ਹੋ ਉਹਨਾਂ ਦੀ ਘਰਵਾਲੀ ਕਰਮ ਕੌਰ ਅੱਜ ਸਵੇਰੇ ਅੰਮ੍ਰਿਤ ਵੇਲੇ ਹੀ ਚੜ੍ਹਾਈ ਕਰ ਗਈ, ਮੈਂ ਵੀ ਉੱਥੋਂ ਹੀ ਆ ਰਿਹਾ ਹਾਂ, ਸਾਰਾ ਪਿੰਡ ਉੱਥੇ ਹੀ ਉਹਨਾਂ ਦੇ ਘਰ ਬੈਠਾ ਹੋਇਆ ਹੈ। ਬਾਬਾ ਜੀ ਬੜੇ ਹੈਰਾਨ ਹੋਏ ਅਤੇ ਖਾਮੋਸ਼ ਹੋ ਗਏ। ਨਿਸ਼ਾਨ ਸਾਹਿਬ ਵੱਲ ਉੱਪਰ ਦੇਖਿਆ ਅਤੇ ਕਹਿਣ ਲੱਗੇ ਕਿ ਇੰਜ ਨਹੀਂ ਹੋ ਸਕਦਾ। ਗ੍ਰੰਥੀ ਸਿੰਘ ਨੇ ਕਿਹਾ ਕਿ ਬਾਬਾ ਜੀ ਇੰਜ ਹੀ ਹੋਇਆ ਹੈ, ਮੈਂ ਵੀ ਉੱਥੋਂ ਹੀ ਆਇਆ ਹਾਂ, ਸਵੇਰੇ ਨਿਤਨੇਮ ਤੋਂ ਬਾਅਦ ਸਾਰਾ ਪਿੰਡ ਉਹਨਾਂ ਦੇ ਘਰ ਹੀ ਬੈਠਿਆ ਹੋਇਆ ਹੈ, ਤੁਹਾਨੂੰ ਯਕੀਨ ਨਹੀਂ ਹੈ ਤਾਂ ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ। ਬਾਬਾ ਜੀ ਨੇ ਆਪਣੀ ਲੱਠ ਚੱਕੀ ਅਤੇ ਗੁਰਮੁਖ ਸਿੰਘ ਦੇ ਘਰ ਪਹੁੰਚ ਗਏ। ਉੱਥੇ ਜਾ ਕੇ ਦੇਖਿਆ ਤਾਂ ਸੱਚ ਵਿੱਚ ਹੀ ਇਹ ਭਾਣਾ ਵਰਤ ਚੁੱਕਿਆ ਸੀ। ਵਿਹੜੇ ਦੇ ਵਿੱਚ ਮੰਜੀ ਦੇ ਉੱਤੇ ਕਰਮ ਕੌਰ ਦੀ ਲਾਸ਼ ਪਈ ਹੋਈ ਸੀ ਜਿਸ ਨੂੰ ਕੱਪੜੇ ਦੇ ਨਾਲ ਢੱਕਿਆ ਹੋਇਆ ਸੀ। ਦਰੀਆਂ ਵਿਛੀਆਂ ਸੀ ਅਤੇ ਲੋਕ ਬੈਠੇ ਹੋਏ ਸੀ। ਉਸ ਦੀਆਂ 4 ਧੀਆਂ ਉਸਦੇ ਕੋਲ ਹੀ ਬੈਠੀਆਂ ਰੋ ਰਹੀਆਂ ਸੀ ਅਤੇ ਬਾਕੀ ਵੀ ਧੀਆਂ ਨੂੰ ਅਤੇ ਰਿਸ਼ਤੇਦਾਰਾਂ ਨੂੰ ਸੰਦੇਸ਼ ਭੇਜ ਕੇ ਬੁਲਾ ਲਿਆ ਗਿਆ ਸੀ। ਬਾਬਾ ਜੀ ਮੰਜੀ ਦੇ ਕੋਲ ਗਏ, ਕੱਪੜਾ ਚੁੱਕ ਕੇ ਕਰਮ ਕੌਰ ਦਾ ਅੰਤਿਮ ਦਰਸ਼ਨ ਕੀਤੇ ਅਤੇ ਕੋਲ ਹੀ ਬੈਠ ਗਏ। ਬਾਬਾ ਜੀ ਨੇ ਗੁਰਮੁਖ ਸਿੰਘ ਨੂੰ ਕਿਹਾ ਕਿ ਆਪਣੀ ਧੀਆਂ ਨੂੰ ਕਹਿ ਕਿ ਰੋਵੋ ਨਾ, ਸਤਨਾਮ ਵਾਹਿਗੁਰੂ ਦਾ ਜਾਪ ਕਰਨ ਅਤੇ ਭਾਣਾ ਮੰਨਣ। ਇੰਨੇ ਨੂੰ ਹੀ ਇੱਕ ਪਿੰਡ ਦੀ ਔਰਤ ਉੱਥੇ ਪਹੁੰਚ ਗਈ। ਜਿਵੇਂ ਇਹ ਇੱਕ ਰਿਵਾਜ ਬਣ ਚੁੱਕਿਆ ਹੈ ਕਿ ਫੋਰਮੈਲਿਟੀ ਕਰਨ ਵਾਸਤੇ ਥੋੜ੍ਹਾ ਜਿਹਾ ਕੱਪੜਾ ਚੱਕ ਕੇ ਦਰਸ਼ਨ ਕਰਦੇ ਹਨ, ਉਂਝ ਹੀ ਉਹ ਔਰਤ ਆਈ ਅਤੇ ਮੂੰਹ ਦੇ ਉੱਤੋਂ ਕੱਪੜਾ ਚੁੱਕਿਆ। ਚੁੱਕਦਿਆਂ ਸਾਰ ਹੀ ਉਹ ਹੈਰਾਨ ਹੋ ਗਈ ਅਤੇ ਰੌਲਾ ਪਾਉਣ ਲੱਗੀ ਕਿ ਇਸ ਦੀਆਂ ਤਾਂ ਅੱਖਾਂ ਖੁੱਲੀਆਂ ਹਨ। ਵਿੱਚੋਂ ਪਿੰਡ ਦੇ ਲੋਕ ਕਹਿਣ ਲੱਗੇ ਕਿ ਗੁਰਮੁਖ ਸਿੰਘ ਉੱਠ ਕੇ ਅੱਖਾਂ ਬੰਦ ਕਰ ਦੇ, ਸਵਾਸ ਕਈ ਵਾਰ ਅੱਖਾਂ ਰਾਹੀਂ ਨਿਕਲ ਜਾਂਦੇ ਹਨ ਅਤੇ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਹਨ, ਧਿਆਨ ਦੇ ਵਿੱਚ ਨਹੀਂ ਰਿਹਾ ਹੋਵੇਗਾ, ਉੱਠ ਕੇ ਅੱਖਾਂ ਬੰਦ ਕਰ ਦੇ। ਗੁਰਮੁਖ ਸਿੰਘ ਉੱਠਿਆ, ਕੱਪੜਾ ਚੁੱਕਿਆ ਅਤੇ ਜਿਵੇਂ ਹੀ ਅੱਖਾਂ ਦੇ ਉੱਤੇ ਹੱਥ ਫੇਰਨ ਲੱਗਿਆ ਤਾਂ ਇੱਕਦਮ ਡਰ ਕੇ ਪਿੱਛੇ ਹਟ ਗਿਆ ਅਤੇ ਕਹਿਣ ਲੱਗਿਆ ਕਿ ਇਹ ਤਾਂ ਅੱਖਾਂ ਘੁਮਾ ਰਹੀ ਹੈ। ਹੱਦ ਉਦੋਂ ਹੋ ਗਈ ਜਦੋਂ ਦੇਖਿਆ ਕਿ ਉਸਦੇ ਤਾਂ ਸਵਾਸ ਚੱਲ ਰਹੇ ਹਨ। ਉੱਠ ਕੇ ਬਿਠਾਇਆ ਅਤੇ ਬਾਬਾ ਜੀ ਵੀ ਕੋਲ ਆ ਕੇ ਖੜ੍ਹੇ ਹੋ ਗਏ ਅਤੇ ਪਾਣੀ ਮੰਗਵਾਇਆ। ਕਰਮ ਕੌਰ ਇੱਧਰ ਉੱਧਰ ਦੇਖ ਕੇ ਕਹਿਣ ਲੱਗੀ ਕਿ ਇੰਨੇ ਲੋਕ ਸਾਡੇ ਘਰ ਕਿਉਂ ਇਕੱਠੇ ਹੋਏ ਹਨ? ਬਾਬਾ ਜੀ ਕਹਿਣ ਲੱਗੇ ਕਿ ਕੁਝ ਨਹੀਂ ਹੋਇਆ, ਤੂੰ ਸਤਨਾਮ ਵਾਹਿਗੁਰੂ ਕਹਿ। ਕਰਮ ਕੌਰ ਨੇ ਬਾਬਾ ਜੀ ਵੱਲ ਦੇਖਿਆ ਅਤੇ ਹੱਥ ਜੋੜ ਕੇ ਕੁਝ ਬੋਲਣ ਹੀ ਲੱਗੀ ਸੀ ਅਤੇ ਬਾਬਾ ਜੀ ਕਹਿਣ ਲੱਗੇ ਕਿ ਕੁਝ ਨਾ ਬੋਲ, ਹੁਣ ਸਿਰਫ ਸਤਨਾਮ ਵਾਹਿਗੁਰੂ ਦਾ ਜਾਪ ਕਰ।
ਮਰੀ ਹੋਈ ਕਰਮ ਕੌਰ ਜਿੰਦਾ ਹੋ ਉੱਠੀ ਸੀ। ਲੋਕ ਹੈਰਾਨ ਸੀ, ਸਾਰਾ ਪਿੰਡ ਵੀ ਜਮ੍ਹਾਂ ਹੋਇਆ, ਇਹ ਸਭ ਕੁਝ ਦੇਖ ਰਿਹਾ ਸੀ। ਬਾਬਾ ਜੀ ਨੇ ਕਿਹਾ ਕਿ ਗੁਰਮੁਖ ਸਿੰਘ ਸਾਰੀ ਸੰਗਤ ਇੱਥੇ ਜਮ੍ਹਾਂ ਹੋਈ ਹੈ, ਤੁਸੀਂ ਲੰਗਰ ਤਿਆਰ ਕਰੋ ਅਤੇ ਆਪਾਂ ਕੀਰਤਨ ਕਰਦੇ ਹਾਂ। ਕੀਰਤਨ ਚੱਲਣ ਲੱਗਿਆ, ਰਿਸ਼ਤੇਦਾਰ ਆਉਂਦੇ ਰਹੇ, ਕੀਰਤਨ ਚੱਲ ਰਿਹਾ ਸੀ ਅਤੇ ਇਹ ਜਾਣ ਕੇ ਸਾਰੇ ਹੈਰਾਨ ਹੋ ਰਹੇ ਸੀ ਕਿ ਕਰਮ ਕੌਰ ਜਿਉਂਦੀ ਹੋ ਉੱਠੀ ਸੀ, ਜਿਸ ਦੇ ਸੰਸਕਾਰ 'ਤੇ ਉਹ ਸਾਰੇ ਆ ਰਹੇ ਸਨ। ਬਾਅਦ ਵਿੱਚ ਗੁਰਮੁਖ ਸਿੰਘ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਇਹ ਸਾਰਾ ਭਾਣਾ ਕੀ ਸੀ। ਬਾਬਾ ਜੀ ਕਹਿਣ ਲੱਗੇ ਕਿ ਆਪਾਂ 16 ਸਾਲਾਂ ਤੋਂ ਤੁਹਾਡੇ ਘਰ ਪ੍ਰਸ਼ਾਦਾ ਛਕ ਰਹੇ ਹਾਂ, ਅੱਜ ਤੱਕ ਤੁਸੀਂ ਕਦੀ ਪੁੱਤਰ ਦੀ ਅਰਦਾਸ ਵਾਸਤੇ ਨਹੀਂ ਕਿਹਾ। ਅੱਜ ਸਵੇਰੇ 2:30 ਵਜੇ ਜਦੋਂ ਆਪਾਂ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਚੱਲਣ ਲੱਗੇ ਸੀ ਤਾਂ ਮਨ ਦੇ ਵਿੱਚ ਇਹ ਵਿਚਾਰ ਆਇਆ ਅਤੇ ਆਪਾਂ ਅਰਦਾਸ ਕੀਤੀ ਕਿ ਵਾਹਿਗੁਰੂ ਗੁਰਮੁਖ ਸਿੰਘ ਦੇ ਘਰ ਵੀ ਇੱਕ ਸੇਵਾ ਦਾ ਦਾਨ ਬਖਸ਼ ਦਿਓ। ਅਤੇ ਪਿੰਡ ਆ ਕੇ ਪਤਾ ਚੱਲਿਆ ਕਿ ਕਰਮ ਕੌਰ ਤਾਂ ਨਹੀਂ ਰਹੀ, ਤਾਂ ਫਿਰ ਪਰਮਾਤਮਾ ਅੱਗੇ ਕੀਤੀ ਅਰਦਾਸ ਖਾਲੀ ਕਿਵੇਂ ਜਾ ਸਕਦੀ ਸੀ? 16 ਸਾਲਾਂ ਤੋਂ ਤੁਸੀਂ ਨਿਸ਼ਕਾਮ ਸੇਵਾ ਕੀਤੀ ਹੈ ਅਤੇ ਫਿਰ ਇਹ ਅਰਦਾਸ ਕਿਵੇਂ ਖਾਲੀ ਹੋ ਸਕਦੀ ਸੀ? ਬਾਬਾ ਜੀ ਨੇ ਉਸ ਸਮੇਂ ਪੁੱਛਿਆ ਕਿ ਕਰਮ ਕੌਰ ਦੀ ਉਮਰ ਕਿੰਨੀ ਕੁ ਰਹੀ ਹੋਵੇਗੀ, ਤਾਂ ਉਹਨਾਂ ਨੂੰ ਦੱਸਿਆ ਗਿਆ ਕਿ 54 ਸਾਲਾਂ ਦੀ। ਬਾਬਾ ਜੀ ਨੇ ਬਚਨ ਕੀਤੇ ਕਿ ਇੰਨੀ ਹੋਰ ਉਮਰ ਕਰਮ ਕੌਰ ਦੀ ਵੱਧ ਜਾਵੇਗੀ। ਕਰਮ ਕੌਰ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਅਤੇ ਉਸਦਾ ਨਾਮ ਬਾਬਾ ਜੀ ਨੇ ਆਲਾ ਸਿੰਘ ਰੱਖਿਆ। ਕਰਮ ਕੌਰ ਨੇ ਬਾਬਾ ਜੀ ਨੂੰ ਕਿਹਾ ਕਿ ਹੁਣ ਪੁੱਤਰ ਦੀ ਦਾਤ ਤਾਂ ਮਿਲ ਗਈ ਹੈ, ਇੱਕ ਹੋਰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਜਦੋਂ ਸਾਡੇ ਘਰ ਪੋਤਿਆਂ ਦੀ ਦਾਤ ਹੋਵੇਗੀ ਤਾਂ ਆਪਾਂ ਉਹਨਾਂ ਦੇ ਵਿੱਚੋਂ ਇੱਕ ਪੋਤਾ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਦੇਣਾ ਚਾਹੁੰਦੇ ਹਾਂ। ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਘਰ 3 ਪੋਤਿਆਂ ਨੇ ਜਨਮ ਲਿਆ, ਜਿਨ੍ਹਾਂ ਦੇ ਵਿੱਚੋਂ ਇੱਕ ਪੋਤਾ ਅੱਜ ਵੀ ਕਾਰ ਸੇਵਾ ਕੇਸਗੜ੍ਹ ਸਾਹਿਬ ਦੇ ਵਿੱਚ ਸੇਵਾ ਨਿਭਾ ਰਿਹਾ ਹੈ ਅਤੇ ਮਾਤਾ ਕਰਮ ਕੌਰ 108 ਸਾਲਾਂ ਦੀ ਹੋ ਕੇ ਪੂਰੇ ਹੋਏ ਜਦੋਂ ਉਹਨਾਂ ਦੇ ਕੇਸ ਸਫੇਦ ਹੋ ਕੇ ਦੁਬਾਰਾ ਕਾਲੇ ਹੋਣੇ ਸ਼ੁਰੂ ਹੋ ਗਏ ਸੀ।